ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕੀ ਜਿਸ ਨੌ ਮਤੇ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇਹੋ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਨਾਮਾ। ਭਾਈ ਰੇ, ਗੁਰਬਿਨ ਸਹਿਜ ਨਾ ਹੋਏ, ਸਬਦੇ ਹੀ ਤੇ ਸਹਿਜ ਉਪਜੈ, ਹਰ ਪਾਇਆ ਸੱਚ ਸੋਏ। ਇਸੇ ਤਹਿਤ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਗੁਰਦੇ ਲੜ ਲਾ ਕੇ ਸਾਨੂੰ ਜਿਹੜੀ ਸੇਵਾ ਬਖਸ਼ੀ, ਭਾਈ ਜਤਿੰਦਰ ਸਿੰਘ ਜੀ ਆਸਟ੍ਰੇਲੀਆ ਵੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਸਾਰੀ ਸ੍ਰੀ ਸਹਿਜ ਪਾਠ ਸੇਵਾ ਦੀ ਕੀਤੀ ਜਾ ਰਹੀ ਹੈ। ਉਸੇ ਲੜੀ ਦੇ ਤਹਿਤ ਆਪਾਂ ਮੇਰਾ ਸਹਿਜ ਪਾਠ ਸੇਵਾ ਅਨੁਭਵ, ਸੋ ਸਾਡੇ ਕੋਲ ਅੱਜ ਸਰਦਾਰ ਮਨਜੀਤ ਸਿੰਘ ਜੀ ਪਹੁੰਚੇ ਨੇ, ਜੋ ਕਿ ਇੱਧਰ ਮਾਝੇ ਦੇ ਇਲਾਕੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਵਿਚਰਦੇ ਨੇ, ਗੁਰਦੁਆਰਿਆਂ ਵਿੱਚ ਵਿਚਰ ਕੇ ਸਹਿਜ ਪਾਠ ਦੀ ਲਹਿਰ ਨੂੰ ਪ੍ਰਫੁੱਲਿਤ ਕਰ ਰਹੇ ਨੇ। ਔਰ ਮਹਾਰਾਜ ਦੀ ਬਖਸ਼ਿਸ਼ ਹੈ ਇਹਨਾਂ 'ਤੇ, ਉਹਨਾਂ ਨੇ ਹੁਣ ਤੱਕ ਹਜ਼ਾਰਾਂ ਹੀ ਲੈਕਚਰ ਕਰ ਚੁੱਕੇ ਨੇ, ਔਰ ਲੱਖਾਂ ਦੀ ਸੰਗਤ ਨੂੰ ਸਹਿਜ ਪਾਠ ਦੇ ਨਾਲ ਜੋੜਿਆ ਹੋਇਆ ਇਹਨਾਂ ਨੇ। ਔਰ ਇਹਨਾਂ ਦੀ ਸੇਵਾਵਾਂ ਵਿੱਚ ਇੱਧਰ ਕਿੱਦਾਂ ਆਏ, ਇਹਦੇ ਬਾਰੇ ਆਪਾਂ ਇਹਨਾਂ ਨੂੰ ਕੋਈ ਜਾਣਕਾਰੀ ਲੈਣੀ। ਔਰ ਸਾਧ ਸੰਗਤ ਜੀ, ਸਰਦਾਰ ਮਨਜੀਤ ਸਿੰਘ ਜੀ ਜੋ ਕਿ ਅੰਮ੍ਰਿਤਸਰ ਤੋਂ ਹਨ ਔਰ ਸ੍ਰੀ ਸਹਿਜ ਪਾਠ ਸੇਵਾ ਦੇ ਬੜੇ ਉੱਘੇ ਸੇਵਾਦਾਰ ਹਨ, ਸੋ ਆਓ ਅੱਜ ਆਪਾਂ ਇਹਨਾਂ ਨਾਲ ਮਿਲਦਰ ਕਰੀਏ। ਭਾਈ ਸਾਹਿਬ ਜੀ, ਸਾਡੇ ਵੱਲੋਂ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸੇਵਾ ਦੇ ਇਸ ਕਾਰਜ ਵਿੱਚ ਵਾਹਵਾ ਦੇਰ ਹੋ ਗਈ ਵਿਚਰਦਿਆਂ ਨੂੰ। ਆਪ ਜੀ ਨੇ ਸਕੂਲਾਂ ਕਾਲਜਾਂ ਵਿੱਚ ਸੇਵਾ ਵੀ ਕੀਤੀ ਪਹਿਲੋਂ ਬੱਚਿਆਂ ਦੇ ਨਾਲ, ਫਿਰ ਉਸ ਤੋਂ ਬਾਅਦ ਹੁਣ ਅੱਜ ਆਪ ਜੀ ਲੈਕਚਰ ਕਰ ਰਹੇ ਹੋ, ਅਤੇ ਥੋੜ੍ਹਾ ਜਿਹਾ ਸਹਿਜ ਪਾਠ ਦੀ ਲਹਿਰ ਬਾਰੇ ਦੱਸੋ, ਆਪਣੇ ਬਾਰੇ ਦੱਸੋ ਵੀ ਤੁਸੀਂ ਇੱਧਰ ਕਿੱਦਾਂ ਆਏ, ਉਹ ਸਹਿਜ ਪਾਠ ਦੀ ਲਹਿਰ ਦੀ ਤੁਹਾਨੂੰ ਕੀ ਪ੍ਰਾਪਤੀਆਂ ਨਜ਼ਰ ਆ ਰਹੀਆਂ? ਵਾਹਿਗੁਰੂ ਜੀ, ਅਤੇ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈ ਜੀ। ਕਹਿ ਲਓ ਗੁਰੂ ਸਾਹਿਬ ਜੀ ਨੇ ਆਪ ਹੀ ਹੱਥ ਫੜ ਕੇ ਇੱਧਰਲੀ ਪਾਸੇ ਜਿਹੜਾ ਉਹ ਤੋਰਿਆ, ਅਤੇ ਚਲੋ ਇਸ ਲਾਈਨ 'ਚ ਤਾਂ ਮੈਂ ਕਾਫੀ 10-12 ਸਾਲ ਤੋਂ, ਕਾਫੀ ਚਿਰ ਤੋਂ ਹੀ ਇਸ ਲਾਈਨ 'ਚ ਹੀ ਹਾਂ। ਅਤੇ ਬਾਕੀ ਗੁਰਬਾਣੀ ਜਿਹੜੀ ਸਹਿਜ ਪਾਠ ਦਾ ਜਿਹੜਾ ਹੋਕਾ ਸੀਗਾ, ਜਿਹੜਾ ਆਪਾਂ ਹਰ ਮਨੁੱਖ ਤੱਕ ਪਹੁੰਚਾਉਣਾ ਸੀਗਾ, ਉਸ ਲਹਿਰ ਦਾ ਮੈਂ ਹਿੱਸਾ, ਕਹਿ ਲਓ 7-8 ਸਾਲ ਪਹਿਲਾਂ ਜਿਹੜਾ ਇਸ ਲਹਿਰ ਦਾ ਹਿੱਸਾ ਬਣਿਆ। ਔਰ ਪ੍ਰਚਾਰ ਤਾਂ ਪਹਿਲਾਂ ਵੀ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਹੀ ਰਿਹਾ ਸੀਗਾ ਹੋਰ ਸੰਸਥਾਵਾਂ ਦੇ ਰਾਹੀਂ, ਪਰ ਇੱਥੇ ਆ ਕੇ ਮੈਨੂੰ ਇੱਕ ਚੀਜ਼ ਜਿਹੜੀ ਬਹੁਤ ਵੱਡੀ ਇਹ ਫੀਲ ਹੋਈ ਹੈ ਵੀ ਸਭ ਤੋਂ ਵੱਡਾ ਖਜ਼ਾਨਾ ਜਿਹਦੇ ਲੜ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂਆਤ ਕੀਤੀ ਸੀ ਔਰ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਕਰ ਗਏ ਸਨ ਲਾੜੇ ਦੇ ਲਾ ਕੇ, ਵੀ ਇਹ ਬਹੁਤ ਜ਼ਰੂਰੀ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹਨਾਂ ਨੂੰ ਅਸੀਂ ਮੱਥਾ 'ਤੇ ਟੇਕਦੇ ਹਾਂ, ਮਗਰ ਉਹ ਬਾਣੀ ਪੜ੍ਹਨ ਵਾਲੇ ਪਾਸੇ ਅਜੇ ਇੰਨਾ ਰੁਝਾਨ ਨਹੀਂ ਸੀ ਬਣਿਆ। ਬਿਲਕੁਲ, ਸੋ ਇੱਥੇ ਆ ਕੇ ਮੈਨੂੰ ਮਹਿਸੂਸ ਹੋਇਆ ਵੀ ਹਾਂ, ਇਹ ਇੱਕ ਬੜਾ ਚੰਗਾ ਹੁਲਾਰਾ ਜਿਹੜਾ ਇਸ ਸੰਸਥਾ ਵੱਲੋਂ ਜਿਹੜਾ ਵੀ ਜੀ ਜਤਿੰਦਰ ਸਿੰਘ ਹੋਣਾ ਨੇ ਜਿਹੜਾ ਸ਼ੁਰੂ ਕੀਤਾ ਆਸਟ੍ਰੇਲੀਆ ਤੋਂ, ਸੋ ਉਹ ਬੜਾ ਚੰਗਾ ਹੁਲਾਰਾ ਅਸੀਂ ਦੇ ਸਕਦੇ ਹਾਂ ਇਸ ਪਲੇਟਫਾਰਮ ਦੇ ਰਾਹੀਂ। ਸੋ ਮੈਂ ਫਿਰ ਚਲੋ ਕਿਰਪਾ ਹੋਈ ਗੁਰੂ ਸਾਹਿਬ ਜੀ ਦੀ, ਆਪ ਸਾਹਿਬ ਦੇ ਟੀਮ ਦੇ ਨਾਲ ਜਿਹੜਾ ਮੇਲ ਹੋਇਆ ਔਰ ਉਸ ਤੋਂ ਬਾਅਦ ਫਿਰ ਤੁਰੇ ਹਾਂ। ਕੋਸ਼ਿਸ਼ ਹੈਗੀ ਵੀ ਜੋ ਮਾਝੇ ਦਾ ਇਲਾਕਾ ਤਕਰੀਬਨ ਜਿਹੜਾ ਜਿੱਥੇ ਤੱਕ ਸੇਵਾ ਮੇਰਾ ਜਿਹੜਾ ਖੇਤਰਿਕ ਬਣਿਆ, ਅਤੇ ਉੱਥੋਂ ਤੱਕ ਜਾ ਕੇ ਸੰਗਤ ਦੇ ਘਰਾਂ ਦੇ ਵਿੱਚ ਵੀ ਜਿਹੜਾ ਸਾਡੀ ਕੋਸ਼ਿਸ਼ ਹੈ ਵੀ ਆਪਾਂ ਘਰ ਘਰ ਤੱਕ ਇਹ ਸੁਨੇਹਾ ਪਹੁੰਚਾਈਏ। ਬਾਕੀ ਜ਼ਿਆਦਾ ਜਿਹੜਾ ਰੁਝਾਨ ਸਾਡਾ, ਕਿਉਂਕਿ ਜਿਹੜੀ ਅੱਜ ਦੀ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ, ਜਿਹੜੀ ਸਾਡੀ ਪਨੀਰੀ ਜਿਹਨੂੰ ਆਪਾਂ ਕਹਿ ਲਈਏ, ਸਕੂਲਾਂ 'ਚ ਔਰ ਜ਼ਿਆਦਾਤਰ ਕਾਲਜਾਂ 'ਚ ਯੂਨੀਵਰਸਿਟੀਆਂ 'ਚ, ਉੱਥੇ ਜਾ ਕੇ ਅੱਜ ਕੱਲ੍ਹ ਦੀ ਜਿਹੜੀ ਯੂਨੀਵਰਸਿਟੀ, ਜਿਹੜੀ ਸਾਡੇ ਬੱਚੇ ਜਿਹੜੇ ਐਜੂਕੇਸ਼ਨ ਲੈ ਰਹੇ ਨੇ, ਉਹਨਾਂ ਨੂੰ ਦੱਸ ਸਕੀਏ ਵੀ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਇੱਕ, ਇਹ ਵੀ ਐਜੂਕੇਸ਼ਨ 'ਚ ਬਹੁਤ ਜ਼ਰੂਰੀ ਹੈ। ਬਿਲਕੁਲ, ਸਕੂਲ ਦੀ ਜਿਹੜੀ ਐਜੂਕੇਸ਼ਨ ਤੁਸੀਂ ਲੈਂਦੇ ਹੋ ਬਹੁਤ ਮਸਟ ਹੈ, ਉੱਥੇ ਲੈਣੀ ਹੈ, ਅਤੇ ਨਾਲ ਨਾਲ ਜੇਕਰ ਤੁਹਾਡੇ ਕੋਲ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵਨ ਜਾਂਚ, ਵੇ ਆਫ ਲਾਈਫ, ਜੇਕਰ ਇਹ ਆ ਜਾਵੇ ਤਾਂ ਮੇਰੇ ਖਿਆਲ ਸੋਨੇ ਤਾਂ ਸੁਹਾਗਾ ਹੈ। ਬਿਲਕੁਲ, ਅਤੇ ਸੋ ਉਹ ਕਾਫੀ ਦੂਰ ਤੱਕ ਗੁਰੂ ਸਾਹਿਬ ਜੀ ਲੈ ਕੇ ਗਏ ਨੇ ਸੁਨੇਹਾ ਜਿੱਥੋਂ ਤੱਕ ਅਸੀਂ ਦਿੱਤਾ, ਔਰ ਮੈਨੂੰ ਬੜਾ ਚੰਗਾ ਇਹ ਫੀਲ ਹੁੰਦਾ ਹੈ ਕਿਉਂਕਿ ਗੁਰਬਾਣੀ ਦੀ ਮੈਂ ਅਕਸਰ ਇੱਕ ਪੰਕਤੀ ਜਿਹੜੀ ਸਾਰਿਆਂ ਨਾਲ ਸਾਂਝੀ ਕਰਦਾ ਹੁੰਦਾ ਵੀ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਇਹ ਜਿਹੜੀ ਬਾਣੀ ਹੈ ਨਾ ਇਹ ਸੱਤ ਦਾ ਸਰੂਪ ਹੈ। ਅਤੇ ਅਸੀਂ ਤੁਸੀਂ ਸਾਰੇ ਜਾਣੇ ਜੇ ਪੜ੍ਹ ਰਹੇ ਹਾਂ ਨਾ, ਖਾਸ ਕਰਕੇ ਉਹ ਨੌਜਵਾਨ ਬੱਚੇ ਨੂੰ ਦੱਸਣ ਦੀ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਔਰ ਜਿਹਨੇ ਇਸ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦਾ ਨਾ, ਅਤੇ ਗੁਰਬਾਣੀ ਫਿਰ ਕਰਦੀ ਕੀ ਹੈ, ਕਹਿੰਦੇ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ, ਹਾਂ ਹਾਂ, ਉਹ ਗੁਰਬਾਣੀ ਵਰਗਾ ਬਣ ਜਾਂਦਾ।
ਤੇ ਫਿਰ ਉਸ ਗੁਰਬਾਣੀ ਬਣੇ ਹੋਏ ਇਨਸਾਨ ਨੂੰ ਜਦੋਂ ਕੋਈ ਥਰਡ ਪਰਸਨ ਕੋਈ ਮਿਲਦਾ ਨਾ, ਤੇ ਮਿਲ ਕੇ ਬੜਾ ਉਹ ਆਨੰਦ ਮਹਿਸੂਸ ਕਰਦਾ ਵੀ ਵਾਕਈ ਕਿਸੇ ਪਰਸਨ ਨੂੰ ਮਿਲੇ ਹਾਂ ਤੇ ਪੜ੍ਹ ਲਿਖ ਕੇ ਬਹੁਤ ਉੱਚੀਆਂ ਪੋਸਟਾਂ 'ਤੇ ਜਾਣ ਸਾਡੇ ਬੱਚੇ, ਪੜ੍ਹ ਲਿਖ ਕੇ ਅਸੀਂ ਹੀ ਆਸ ਰੱਖਦੇ ਹਾਂ, ਪਰ ਜਦੋਂ ਉਸ ਪੋਸਟ 'ਤੇ ਬੈਠਾ ਹੋਵੇ ਨਾ ਤੇ ਜੇਕਰ ਉਹ ਕੋਲ ਗੁਰਬਾਣੀ ਦਾ ਜੇ ਗਿਆਨ ਹੈ ਨਾ, ਉਹ ਗੁਰਬਾਣੀ ਬਣੀਏ ਵਾਲੀ ਗੱਲ ਬਣ ਚੁੱਕੀ ਹੈ, ਤੇ ਮੇਰੇ ਖਿਆਲ 'ਚ ਕੋਈ ਵੀ ਆ ਕੇ ਫੀਲ ਕਰੇਗਾ ਵੀ ਵਾਕਈ ਮੈਂ ਅੱਜ ਮਿਲਿਆ ਹਾਂ ਕਿਹਨੂੰ, ਭਲਾ ਗੁਰੂ ਨਾਨਕ ਦੇ ਕਿਸੇ ਇੱਕ ਪਿਆਰੇ ਨੂੰ ਮਿਲਿਆ ਹਾਂ ਗੁਰੂ ਨਾਨਕ ਦੇ। ਸੋ ਉਹ ਖੁਸ਼ਬੂ ਜਿਹੜੀ ਹੈ ਵਾਕਈ ਗੁਰਬਾਣੀ ਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਦੀ। ਹਾਂ ਬਿਲਕੁਲ ਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਮਨਜੀਤ ਸਿੰਘ ਜੀ ਦੱਸ ਰਹੇ ਹਨ ਵੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਇਹ ਉਹ ਵਾਲਾ ਇਲਾਕਾ ਹੈ ਜੀ ਕਿ ਜਿੱਥੇ ਜਾ ਕੇ ਬੰਦਾ ਪਹੁੰਚ ਜਾਂਦਾ ਹੈ ਪੌੜੀ 'ਤੇ। ਸੋ ਵਾਹਿਗੁਰੂ ਜੀ ਕਿਰਪਾ ਕਰਨ, ਆਪਾਂ ਇਹ 8ਵੀਂ ਪੌੜੀ ਦੀ ਗੱਲ ਕਰ ਰਹੇ ਹਨ। ਸੋ ਆਪਾਂ ਪਹਿਲੀ ਪੌੜੀ, ਦੂਜੀ ਪੌੜੀ, ਤੀਜੀ ਪੌੜੀ, ਚੌਥੀ ਪੌੜੀ, ਪੰਜਵੀਂ ਪੌੜੀ, ਛੇਵੀਂ ਪੌੜੀ, ਸੱਤਵੀਂ ਪੌੜੀ ਅਤੇ 8ਵੀਂ ਪੌੜੀ ਜਿਹੜੀ ਇਹਨਾਂ ਨੇ ਦੱਸੀ ਹੈ, ਇਹ ਤਰ੍ਹਾਂ ਹੈ ਪਤ ਪੌੜੀਆਂ ਚੜ੍ਹੀਏ ਹੋਏ 21। ਅਗਲੇ ਐਪੀਸੋਡ ਦੇ ਵਿੱਚ ਆਪਾਂ ਵੀਰ ਜੀ ਦੇ ਨਾਲ ਗੱਲਬਾਤ ਕਰਕੇ ਪਹਿਲੀ ਪੌੜੀ ਤੋਂ ਗੱਲ ਸ਼ੁਰੂ ਕਰਾਂਗੇ ਵੀ ਪਹਿਲੀ ਪੌੜੀ ਕਿਹੜੀ ਹੈ। ਗੁਰਬਾਣੀ ਪੜ੍ਹਨੀ, ਮੱਥਾ ਟੇਕਣਾ ਸਾਡਾ ਫਰਜ਼ ਹੈ, ਪਰ ਗੁਰਬਾਣੀ ਪੜ੍ਹਨੀ ਸਾਡੀ ਪਹਿਲੀ ਸਟੇਜ ਹੈ। ਸੋ ਆਪਾਂ ਅਗਲੇ ਐਪੀਸੋਡ ਵਿੱਚ ਆਪਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਗੁਰਬਾਣੀ ਪੜ੍ਹਨ ਦੇ ਕਿੱਦਾਂ ਕਿੱਦਾਂ ਫਾਇਦੇ ਹਨ ਅਤੇ ਕੀ ਫਾਇਦੇ ਹਨ ਅਤੇ ਕਿਉਂ ਕਿਉਂ ਪੜ੍ਹਨੀ ਹੈ, ਇਹਦੇ ਬਾਰੇ ਡਿਸਕਸ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।